ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਜ਼ਰ ਕਰੇ, ਅੱਜ ਮਿਹਰ ਬਖਸ਼ਿਸ਼ ਹੋਈ ਹੈ ਕਿ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਮੌਕਾ ਮਿਲਿਆ, ਗੋਲਡਨ ਚਾਂਸ ਮਿਲਿਆ, ਕਿਉਂਕਿ ਇਹ ਜਿਹੜਾ ਕੋਰੀਡੋਰ ਖੁੱਲ੍ਹਾ ਹੈ, ਇਹ ਬਾਬੇ ਨਾਨਕ ਦੇ ਚਰਨਾਂ 'ਚ ਜਿਹੜੀ ਸੰਗਤ ਅਰਦਾਸ ਕਰ ਰਹੀ ਹੈ 70 ਸਾਲ ਤੋਂ, ਅੱਜ ਪੂਰੀ ਹੋਈ ਹੈ। ਇਹਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ 5 ਸਰੋਵਰਾਂ ਦਾ ਅੰਮ੍ਰਿਤ ਜਲ ਹੈ, 10 ਘੰਟੇ ਲੱਗਦੇ ਨੇ ਮਰਿਆਦਾ ਨਾਲ ਭਰਨ 'ਚ, ਜੋ ਗੁਰੂ ਸਾਹਿਬਾਂ ਨੇ ਸਰੋਵਰ ਬਣਾਏ ਨੇ, ਅਤੇ ਇਹ ਇੱਥੇ ਇਸ਼ਨਾਨ ਕਰਾਉਣ ਲਈ ਲਿਆਏ ਅਸੀਂ ਕਰਤਾਰਪੁਰ ਸਾਹਿਬ। ਬਾਬਾ ਬੁੱਢਾ ਸਾਹਿਬ ਦੇ 10ਵੇਂ ਵੰਸ਼ ਜਾਂ ਬਾਬਾ ਸਾਹਰੀ ਗੁਰੂ ਕਹਾਲੀ ਰੰਧਾਵਾ ਦੀ ਦਾਸ ਦਾ ਨਾਮ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ, ਸਨ ਆਫ ਸੰਤ ਅਮਰੀਕ ਸਿੰਘ ਰੰਧਾਵਾ, ਅਤੇ ਅਸੀਂ ਇਹ ਖੁਸ਼ੀ ਮਹਿਸੂਸ ਕਰ ਰਹੇ ਕਿ ਇਹ ਗਾਗਰ ਇੱਥੇ ਸਾਡੀ ਪ੍ਰਵਾਨ ਹੋ ਰਹੀ ਹੈ, ਅਤੇ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਗੁਰੂ ਨਾਨਕ ਪਾਤਸ਼ਾਹ ਸਾਡੇ 500 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ, ਕਿ ਸਾਡੀ ਜ਼ਿੰਦਗੀ 'ਚ ਆਇਆ ਸਾਡੇ 500 ਸਾਲਾਂ, 500 ਸਾਲ ਆਇਆ ਸੀ ਉਦੋਂ ਅਸੀਂ ਅਜੇ ਛੋਟੀ ਉਮਰ 'ਚ ਸੀ, ਗੁਰੂ ਨਾਨਕ ਯੂਨੀਵਰਸਿਟੀ ਖੁੱਲ੍ਹੀ, ਅਸੀਂ ਉੱਥੇ MA MPhil ਕੀਤੀ, ਪਰ ਅੱਜ ਅਸੀਂ ਆਖਰੀ ਉਮਰ 'ਚ ਹਾਂ, ਅਤੇ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਅਸੀਂ ਇਹ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ, ਅਤੇ ਸਾਰਿਆਂ ਦਾ ਸੰਗਤ ਦਾ ਕਰਦੇ ਹਾਂ ਜਿਹਨਾਂ ਸਾਨੂੰ ਮੌਕਾ ਬਖਸ਼ਿਆ। ਮੈਨੂੰ ਵੀ ਇਹੋ ਮਹਿਸੂਸ ਹੋ ਰਿਹਾ ਕਿ ਜਿਹੜੀ ਇਹਨਾਂ ਚਾਦਰ ਜਿੱਦ ਕੀਤੀ ਸੀ ਨਾ, ਮੁਸਲਮਾਨ ਵੀਰ ਕਹਿੰਦੇ ਸਨ ਸਾਡਾ ਹੈ ਪੀਰ, ਇਹ ਹਿੰਦੂ ਸਿੱਖ ਕਹਿੰਦੇ ਸਾਡਾ ਗੁਰੂ ਹੈ, ਅਤੇ ਜਦੋਂ ਉਹਨੇ ਆਖਿਆ ਭਲਿਓ ਉਹਨੂੰ ਪੁੱਛ ਲਓ, ਕੁਝ ਮਰਿਆਦਾ ਸੀ ਸੰਤਾਂ ਪੀਰਾਂ ਦੀ, ਵੀ ਜੇ ਤਾਂ ਮੂੰਹ ਅੱਗੇ ਸਿੱਧਾ ਹੋਵੇਗਾ ਤਾਂ ਉਹ ਮੁਸਲਮਾਨਾਂ ਦਾ, ਜੇ ਸਾਈਡ 'ਤੇ ਹੋਵੇਗਾ ਤਾਂ ਤੁਹਾਡਾ ਹੋਵੇਗਾ, ਅਤੇ ਉਹਨਾਂ ਕਿਹਾ ਲੜਦੇ ਕਿਉਂ, ਜੋ ਵੇਖ ਲਓ ਬਾਬੇ ਨੂੰ ਕਿਹੇ ਨੂੰ ਮੂੰਹ ਉਹਨਾਂ ਦਾ, ਉਹ ਵੇਖਿਆ ਤਾਂ ਉਹਨਾਂ ਨੇ ਥੱਲੇ ਜੋ ਫੁੱਲੀ ਜਾਂਦੇ ਪਏ ਸਨ, ਫਿਰ ਉਹਨਾਂ ਨੇ ਆਪਸੀ ਕਰਕੇ ਆਪਸੀ ਚਾਰ ਪਟਾਂਦਰਾ, ਕਹਿੰਦੇ ਚਾਦਰ ਪਾਟ ਲਈ, ਅਧੀ ਉਹਨਾਂ ਨੂੰ ਦੇਤੀ, ਤੁਸੀਂ ਆਪਣੀ ਮਰਿਆਦਾ ਕਰ ਲਓ, ਅਧੀ ਇਹਨਾਂ ਲੈ ਲਈ। ਸੋ ਉਹ ਜਿਹੜੀ ਚਾਦਰ ਪਾੜਨੀ ਆ, ਉਹ ਬਾਬੇ ਨਾਨਕ ਦਾ ਜਿਹੜਾ ਅਮਨ ਦਾ ਪੈਗਾਮ ਸੀ, ਉਹਨੂੰ ਸ਼ਾਇਦ ਇਹਨਾਂ ਨੇ ਇਗਨੋਰ ਕੀਤਾ, ਅਤੇ 70 ਸਾਲ ਲੱਗੇ ਮਨਾਉਣ ਲੱਗੇ ਹੀ, ਅੱਜ ਬਾਬਾ ਨਾਨਕ ਮੰਨਿਆ, ਅਤੇ ਇਹ ਕੋਰੀਡੋਰ ਖੁੱਲ੍ਹਿਆ, ਅਤੇ ਆਪ ਸਿੱਖ ਤਾਂ ਦਿਆ ਜੇ ਉਹ ਪ੍ਰੇਮ ਕਰਦਾ, ਜੇ ਸਿੱਖ ਕੋਈ ਪ੍ਰੇਮ ਨਹੀਂ ਕਰਦਾ, ਨਫ਼ਰਤ ਕਰਦਾ, ਅਤੇ ਉਹ ਸਮਝੋ ਸ਼ੁਰੂ ਗੁਰਬਾਣੀ ਦਾ ਨਿਰਾਦਰ ਕਰ ਰਿਹਾ, ਕਿਉਂ ਗੁਰਬਾਣੀ ਕਹਿੰਦੀ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ 'ਤੇ ਸਭ ਜਗ, ਕੌਣ ਭਲੇ ਕੋ ਮੰਨਦੇ, ਸਾਰੇ ਤਾਂ ਉਹਦੇ ਨੂਰ ਹੈ, ਕਿਉਂ ਨਫ਼ਰਤ ਕਰਦੇ ਹੋ, ਜਿਹਨੂੰ ਪ੍ਰੇਮ ਕੀ ਹੋ ਤਿੰਨੀ ਪ੍ਰਭ ਪਾਇਓ, ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸੋ ਪ੍ਰੇਮ ਦਾ ਨਾਂ ਸਿੱਖੀ ਹੈ, ਪ੍ਰੇਮ ਦਾ ਨਾਂ ਇਨਸਾਨੀਅਤ ਹੈ, ਪਹਿਲੋਂ ਆਪਾਂ ਇਨਸਾਨ ਬਣੀਏ, ਫਿਰ ਆਪਾਂ ਕੋਈ ਜਿਹੜਾ ਵੱਖੋ ਵੱਖਰੇ ਧਰਮ ਉਹਦੇ ਮਰਿਆਦਾ ਵੱਖੋ ਵੱਖਰੀਆਂ ਉਹ ਵੀ ਪੂਰੀਆਂ ਕਰੋ, ਪਰ ਪ੍ਰੇਮ ਕਰੋ। ਅੱਜ ਪ੍ਰੇਮ ਕੀਤਾ ਦੋਮਲ ਇੱਧਰ ਪਾਕਿਸਤਾਨ ਸਰਕਾਰ ਨੇ, ਅਤੇ ਸਿੱਖ ਬੜੇ ਖੁਸ਼ ਨੇ, ਇਹ ਇੱਕ ਦਾ ਥੋੜ੍ਹਾ, ਸਿੱਖਾਂ ਦਾ ਇਕੱਲਾ ਥੋੜ੍ਹਾ ਹੈ, ਇਹ ਗੁਰੂ ਨਾਨਕ ਬਾਬਾ ਜਗਤ ਗੁਰੂ ਬਾਬਾ ਹੈ, ਜਹਰ ਵੀਰ ਜਗਤ ਗੁਰੂ ਬਾਬਾ। ਸੋ ਇਹਨੇ ਇਹ ਸੰਸਾਰ ਦੇ ਅਮਨ ਸ਼ਾਂਤੀ ਲਿਆਵੇ, ਪ੍ਰੇਮ ਦਾ ਸਾਨੂੰ ਸਬਕ ਪੜ੍ਹਨਾ ਸਿਖਾਵੇ, ਅਤੇ ਆਪਾਂ ਖੁਸ਼ੀ ਰਹੀਏ। ਇਹ ਤੋਹਫ਼ਾ ਮਿਲਿਆ 84 ਲੱਖ ਜੂਨ, ਆਪਾਂ ਇਮਤਿਹਾਨ ਪਾਸ ਕਰਕੇ ਆਏ ਹਾਂ, 84 ਲੱਖ ਜੂਨਾਂ ਦੇ ਇਮਤਿਹਾਨ ਪਾਸ ਕਰੇ, ਦੇਹ ਮਿਲੀ ਹੈ, ਅਤੇ ਇਹਨੂੰ ਐਵੇਂ ਨਾ ਗਵਾ ਦਈਏ, ਆਪਾਂ ਪਿਆਰ ਕਰੀਏ, ਮੁਹੱਬਤ ਕਰੀਏ, ਨਫ਼ਰਤ ਨੂੰ ਦੂਰ ਕਰੀਏ, ਅਤੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸੋ ਬਾਬਾ ਨਾਨਕ ਨੇ ਇਹੀ ਸੰਦੇਸ਼ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।